ਆ ਦੇਖੋ ਸਨੋ ਕਿੰਨੀ ਪਈ ਅੱਜ ਹਾਈਵੇ ਸੜਕ ਕਾਫੀ ਵਗਦੀ ਆ ਮੂੰਹ ਤੇ ਮੈਂ ਟਕਿਆ ਵਾ ਕਿ ਪਤਾ ਨਹੀਂ ਆਵਾਜ਼ ਆਉਂਦੀ ਹੋਣੀ ਕਲੀਅਰ ਕਿੰਨੀ ਪਰ ਦੇਖੀ ਜਦੋਂ ਇੰਜੋਏ ਕਰੀ ਆ ਹਰਨੀ ਇਸੇ ਮੈਨੂੰ ਲੱਗਾ ਜਿੱਥੇ ਪੈਂਦੀ ਆ ਸਨੋ ਹੋਵੇ ਆ ਜਾ ਸਾਡਾ ਤੇ ਮੋਰ ਬਣਿਆ ਹੀ ਬਣਿਆ ਤੂੰ ਵੀ ਪਹਿਲਾਂ ਪਾ ਲਾ ਆ ਕੇ चिट्टी चादर की परत पई आगलू बना छा रनीत सिंह होनी पूरी लहर पैर चाह रही टावर कट के अज टेंपरेचर है वा -2 होने टाइम च रात -5 ये भी घट ही है बीसी वाली साइड में कैलगरी वाली साइड बहुत ज्यादा टेंपरेचर डाउन जान दिया तो तुम कुछ कहना चाहते हैं नहीं जी इन्हें कुछ कहना चाहता क्योंकि इन्हें बर्फ पहला भी देखी है ये मतलब कि पहाड़ी इलाका तो है इस करके देखो आ गए गुरुद्वारे रात में जगमग कर निशान साहब काफी बर्फ पई है हाँ चलो थोड़ी चुक दी सारी चिट्टी हुई आ गुरुद्वारा साहब ओंटारियो खालसा दरबार डिक्सी भी कह दें इतने हम सिन नंबर मिलने डिक्सी गुरुघर च हर सोमवार को सिन नंबर मिलता बड़ा फटाफट बारी आ गई 5 मिनट सिन नंबर लैके आ गया माता गुजर कौर विष्णु की अपनी जीता नो याद करके कुछ शब्द अपने ख्याल बताते हैं उन्होंने बोलों पानी बोलों की कसम तो करी है ਸਾਰੀ ਪੈਣ ਲੱਗ ਪਈ ਇੱਕ ਚਿੱਟਾ ਚਿੱਟਾ ਕਰਤਾ ਸਾਰਾ ਉਹਨੇ ਗੁਰਦੁਆਰੇ ਦਰਸ਼ਨ ਕਰ ਲਏ ਅਤੇ ਨਾਲੇ ਤਾਂ ਸਿਰ ਨੰਬਰ ਲੈਣਾ ਸੀ ਗੁਰਦੁਆਰੇ ਹਰ ਸੋਮਵਾਰ ਅਤੇ ਸੋਮਵਾਰੇ ਤਾਂ ਸਿਰ ਨੰਬਰ ਮਿਲਦਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 3:30 ਤੱਕ 5 ਮਿੰਟਾਂ 'ਚ ਵਾਰੀ ਹੈਗੀ ਆ ਜਿਹੜੇ ਨਵੇਂ ਸਟੂਡੈਂਟਸ ਆਏ ਆ ਉਹ ਇੱਥੋਂ ਆ ਕੇ ਸਿਰ ਨੰਬਰ ਲੈ ਸਕਦੇ ਆ ਵੀ ਚਿੱਟਾ ਚਿੱਟੇ ਹੋ ਗਏ ਪੂਰੇ ਹਰਨੀਤ ਸਿੰਘ ਵੀ ਹੋ ਗਏ ਚਿੱਟੇ ਚਿੱਟੇ ਅਤੇ ਸਲਰੀ ਪੈ ਗਈ ਸੀ ਨਾ ਅਤੇ ਮਤਲਬ ਕਿ ਸਿਰ ਨੰਬਰ ਤਾਂ ਕਹਿੰਦੇ ਇੱਥੋਂ ਲੈ ਸਕਦੇ ਆਗੇ ਸਵੇਰ ਦੇ 9 ਤੋਂ ਸ਼ਾਮ ਦੇ 3:30 ਵਜੇ ਤੱਕ ਸਿਰ ਨੰਬਰ ਇੱਕ ਮਿਲਦਾ ਅਤੇ ਬਹੁਤ ਛੇਤੀ ਟਰਨ ਆ ਜਾਂਦੀ ਆ ਤੇ ਹੁਣ ਇਹਦਾ ਕਰਾਉਣਾ ਸਕੋਸ਼ੀਆ ਦਾ ਕੰਮ ਸਕੋਸ਼ੀਆ ਵੇ ਵਿਆਹ ਤੇ ਅਪਾਇੰਟਮੈਂਟ ਮੰਗਦੇ ਆ ਬੈਟਰਾਏ ਮਾਰਦੇ ਇੱਕ ਵਾਰੀ ਕਿ ਜੇ ਬਿਨਾਂ ਅਪਾਇੰਟਮੈਂਟ ਤੋਂ ਹੋ ਜੇ ਕੰਮ ਤੇ ਬਹੁਤ ਗੁੱਡਾ ਤੇ ਹੋਰ ਆ ਗੁਰਦੁਆਰਾ ਸਾਹਿਬ ਤੇ ਦਰਸ਼ਨੋ ਦੀ ਪਰਤ ਚਿੱਟਾ ਚਿੱਟਾ ਆ ਪਿਆ ਸਾਰੇ ਪਾਸੇ ਤੇ ਠੰਡ ਵੀ ਬਹੁਤ ਜ਼ਿਆਦੀ ਆ ਬਹੁਤ ਜ਼ਿਆਦੀ ਆ ਠੰਡ ਹੈਗੀ ਆ ਹਾਂ ਬੋਏ ਤੇ ਬਹੁਤ ਕੱਪੜੇ ਪਾ ਕੇ ਮੈਂ ਤੇ ਹੁੱਡੀ ਤੇ ਜੈਕਟ ਪਾਈ ਦੇਖੋ ਗੱਡੀ ਤਾਂ ਤਾਂ ਹੋਈ ਪਈ ਉਹ ਆ ਗੱਡੀ ਆ ਚੱਲਦਾ ਜਹਾਜ਼ ਉਹ ਗੱਡੀ ਆ ਚੱਲਦਾ ਜਹਾਜ਼ ਤਰ੍ਹਾਂ ਦਾ ਉਹ ਰੈਡੀ ਆ ਚੱਲਦਾ ਜਹਾਜ਼ ਪਿੰਨੀਆਂ ਆਉਂਦੀਆਂ ਪਿੰਨੀਆਂ ਕਿੱਧਰ ਵੀ ਦੇ ਜਾ ਓਏ ਇਹਨੂੰ ਪਿੰਨੀਆਂ ਦੇ ਦੇ ਪਿੰਨੀਆਂ ਆਉਂਦੀਆਂ ਤੇ ਕੋਈ ਕੋਈ ਜਾਂ ਜਾ ਕੰਦਰਾ ਪਾ ਜਾਂਦੇ ਸਹੀ ਤੇ ਉਹ ਜੀ ਹੁਣ ਸਕੇਰ ਵਨ ਹੋ ਗਈ ਨਹੀਂ ਤਾਂ ਨਹੀਂ ਜਾਂਦੇ ਸਕੇਰ ਵਨ ਦੇਖ ਤੇ ਐਂਟਰ 7 ਤੇ ਐਂਟਰ ਕਰਨਾ ਬਹੁਤ ਜ਼ਿਆਦਾ ਠੰਡ ਪਈ ਹੋਏ परसों आए बड़ा रश ही अज रश नहीं परसों सैटरडे होना काफी वधिया ते काफी वड्डा मॉल आ
ਦੇਖੋ ਕਿਦਾਂ ਜਗਮਗ ਜਗਮਗ ਸੈਂਟਾ ਕਲੋਸ ਕਿੱਥੇ ਭੱਜ ਗਿਆ ਉਹ ਬੈਠਾ ਸੈਂਟਾ ਕਲੋਸ ਤੇ ਕਿੰਨੇ ਰਣੀਤ ਹੋਣੀ ਫੋਨ 'ਤੇ ਲੱਗੇ ਆ ਜਗਮਗ ਜਗਮਗ ਕ੍ਰਿਸਮਿਸ ਕਿੱਦਾਂ ਰੱਖੀ ਲੱਤ ਰਣੀਤ ਕਹਿੰਦਾ ਅੰਦਰ ਸਟੋਰ ਦੇ ਵੇਖਣਾ ਜਾ ਕੇ ਕੀ ਹੈਗਾ ਇਹਨੂੰ ਉੱਥੇ ਫੜਾ ਹੋਣਾ ਜਾ ਕੇ ਗੱਪ ਬੱਚਿਆਂ ਦੀ ਗੱਪ ਵੱਡਿਆਂ ਦੀ ਆਪਣੇ ਸਟੋਰ ਚੱਲਿਆ ਸ਼ੈਲਟਨ ਕਾਲਜ ਤੈਨੂੰ ਪਤਾ ਹੀ ਆ ਟੋਰਾਂਟੋ ਮਿਸੀਸਾਗਾ ਕੈਂਪਸ ਹੁਣ ਮਿਸੀਸਾਗਾ ਟਰਮੀਨਲ ਤੇ ਆ ਗਏ ਆ ਬਸ ਚੱਲੇ ਘਰੇ ਹੁਣ ਤੇ ਇੱਥੇ ਵਲੋਗ ਦੀ ਐਂਡਿੰਗ ਕਿੱਦਾਂ ਲੱਗਾ ਤਾ ਵਲੋਗ ਲਾਈਕ ਕਮੈਂਟ ਸ਼ੇਅਰ ਕਰ ਦੱਸ ਦਿਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਥੈਂਕ ਯੂ ਹਾਂ